ਤੁਸੀਂ ਦੇਖ ਰਹੇ ਹੋ ABP ਸਾਂਝਾ ਮੈਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਤਾਂ ਏਸ਼ੀਆ ਕੱਪ ਦੇ ਵਿੱਚ ਸੁਪਰ 4 ਦਾ ਬੇਹੱਦ ਰੋਮਾਂਚਕ ਮੁਕਾਬਲਾ ਇਸ ਵੇਲੇ ਇੰਡੀਆ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਿਹਾ ਔਰ ਜਿਵੇਂ ਕਿ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਇੰਡੀਆ ਪਰ ਟਾਸ ਆ ਰਿਹਾ ਸੀ ਪਾਕਿਸਤਾਨ ਦੇ ਕੋਲ ਸੋਲਿਡ ਬੋਲਿੰਗ ਲਾਈਨ ਅਪ ਪਰ ਇੰਡੀਆ ਦੇ ਕੋਲ ਬੈਟਿੰਗ ਲਾਈਨ ਅਪ ਤਕੜੀ ਸੀ ਔਰ ਉਸੇ ਤਰੀਕੇ ਦੇ ਨਾਲ ਪਹਿਲੇ ਪਾਵਰ ਪਲੇ ਦੇ ਵਿੱਚ ਰੋਹਿਤ ਸ਼ਰਮਾ ਤੇ KL ਰਾਹੁਲ ਨੇ ਤਾਬੜਤੋੜ ਬੈਟਿੰਗ ਕੀਤੀ ਔਰ 62 ਸਕੋਰ ਦੇ ਉੱਪਰ 1 ਵਿਕਟ ਸੀ ਹਾਲਾਂਕਿ ਦੋਵੇਂ ਵਿਕਟਾਂ ਆਊਟ ਹੋਈਆਂ ਪਰ ਉਦੋਂ ਤੱਕ ਇੰਡੀਆ ਨੂੰ 8 ਦੀ ਰਨ ਰੇਟ ਦੇ ਨਾਲ ਵਧੀਆ ਇੱਕ ਬੂਸਟ ਅਪ ਜਿਹੜਾ ਕਿ ਇੱਕ ਸਟਾਰਟਿੰਗ ਬੂਸਟ ਅਪ ਚਾਹੀਦਾ ਸੀਗਾ ਉਹ ਇੰਡੀਆ ਨੂੰ ਮਿਲ ਚੁੱਕਿਆ ਔਰ ਇਸ ਵੇਲੇ ਵੀ ਲਗਾਤਾਰ ਨਜ਼ਰਾਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਵੀ ਕਰਾਊਡ ਹੈ ਇੰਜੋਏ ਕਰ ਰਹੇ ਲੋਕ ਇੱਥੇ ਤਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਜਿਸ ਤਰੀਕੇ ਦੇ ਨਾਲ ਇੰਡੀਆ ਦੀ ਸ਼ੁਰੂਆਤ ਹੋਈ ਹੈ ਕੀ ਲੱਗਦਾ ਅੱਜ ਦਾ ਮੈਚ ਕੌਣ ਜਿੱਤੇਗਾ ਇੰਡੀਆ ਹੀ ਜਿੱਤੂਗੀ ਅੱਜ ਤਾਂ ਪੱਕਾ ਹੀ ਪਾਕਿਸਤਾਨ ਕਦੇ ਇੰਡੀਆ ਤੋਂ ਨਹੀਂ ਜਿੱਤ ਸਕਦੀ ਕਿੰਨਾ ਕੁ ਜੋਸ਼ ਅੱਜ ਟੀਮ ਨੂੰ ਕਿੰਨਾ ਕੁ ਬੂਸਟ ਅਪ ਕਰਨਾ ਹੈ ਪੂਰਾ ਜੀ ਪੂਰਾ ਭਾਜੀ ਇੱਥੇ ਪੂਰਾ ਇੰਡੀਆ ਨੂੰ ਸਪੋਰਟ ਕਰਨ ਹੀ ਆਇਆ ਅੱਜ ਮੈਂ ਦੇਖ ਰਿਹਾ ਪਿੱਛੇ ਢੋਲ ਵਗੈਰਾ ਵੀ ਵੱਜ ਰਹੇ ਨੇ ਤਾਂ ਭੰਗੜਾ ਭੰਗੜਾ ਪਾਉਗਾ ਹਾਂਜੀ ਭੰਗੜਾ ਵਗੈਰਾ ਪਾਉਂਗੇ ਫਿਰ ਇੰਡੀਆ ਦਾ ਲੈ ਭਾਈ ਦੇਖੋ ਹੁਣ ਤੁਸੀਂ ਛੱਕੇ ਚੌਕੇ ਤੇ ਪਾਵਾਂਗੇ ਭੰਗੜਾ ਤੁਹਾਡਾ ਫੇਵਰਟ ਪਲੇਅਰ ਕੌਣ ਹੈ ਕੋਹਲੀ ਲੱਗ ਰਿਹਾ ਸਟਾਰਟਿੰਗ ਵਧੀਆ ਕੀਤੀ ਕੋਹਲੀ ਨੇ ਸਰ ਹੋਰ ਬਹੁਤ ਵਧੀਆ ਰੋਹਿਤ ਸ਼ਰਮਾ ਨੇ ਵੀ ਬੜੀ ਵਧੀਆ ਸਟਾਰਟਿੰਗ ਕੀਤੀ ਆ ਸਟਾਰਟ ਵਧੀਆ ਮਿਲ ਗਿਆ ਹੁਣ ਦੇਖਿਓ ਐਂਡ ਕੀ ਹੁੰਦਾ ਜਿਵੇਂ ਸਟਾਰਟਿੰਗ ਵਧੀਆ ਹੋਈ ਸੀ ਛੱਕਿਆਂ ਨਾਲ ਸ਼ੁਰੂਆਤ ਕੀਤੀ ਸੀ ਰੋਹਿਤ ਸ਼ਰਮਾ ਤੇ KL ਰਾਹੁਲ ਨੇ ਪਰ ਇੱਕਦਮ ਹੀ ਵਿਕਟਾਂ ਗਿਰ ਗਈਆਂ ਹਾਲਾਂਕਿ ਸਕੋਰ ਵਧੀਆ ਬਣ ਗਿਆ ਕੋਈ ਬਾਤ ਨਹੀਂ ਆ ਗਿਆ ਹਮਾਰੇ ਬੈਕ ਕਰਨੇ ਕੇ ਲਈ ਹੈ ਨਾ ਹਮਾਰੇ ਲੋਂਡੇ ਖੜੇ ਬੈਕ ਕਰਨਗੇ ਵਿਰਾਟ ਕੋਹਲੀ ਬੈਕ ਕਰੇਗਾ ਸੂਰਯ ਕੁਮਾਰ ਯਾਦਵ ਬੈਕ ਕਰੇਗਾ ਅਭੀ ਹਮਾਰੇ ਕੋਲ ਅਧਿਕ ਪੰਡਿਆ ਹੈ ਕੋਈ ਦਿੱਕਤ ਨਹੀਂ ਦੋ ਚਲੇਗਾ ਤੋ ਕਿਆ ਹੋਗਾ ਆ ਗਿਆ ਪੂਰੀ ਟੀਮ ਬੈਠੀ ਹੈ ਕੋਈ ਪ੍ਰੋਬਲਮ ਨਹੀਂ ਹੈ ਪੂਰਾ ਸਕੋਰ ਬਣ ਜਾਏਗਾ ਪਿਛਲਾ ਮੈਚ ਵੀ ਦੇਖਿਆ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਹੋ ਜਾਏਗਾ 180 ਪਲੱਸ ਤੋਂ ਹੋਗਾ ਹੀ ਹੋਗਾ ਉਸੇ ਮਤਲਬ ਲੱਗਾ 200 ਪਲੱਸ ਵੀ ਹੋ ਸਕਦਾ ਹੈ ਸ਼ਾਇਦ ਪਰ ਪਿਛਲੀ ਵਾਰ ਇੰਡੀਆ ਟਾਸ ਜਿੱਤਿਆ ਸੀ ਅੱਜ ਪਾਕਿਸਤਾਨ ਟਾਸ ਜਿੱਤਿਆ ਤੇ ਲੱਗਦਾ ਕਿ ਟਾਸ ਮੈਂ ਤੋ ਸੇ ਕੁਝ ਨਹੀਂ ਹੁੰਦਾ ਇਹ ਤਾਂ ਇਨਕੀ ਬੈਟਿੰਗ ਪੇ ਡਿਪੈਂਡ ਕਰਦਾ ਦੇਖੋ ਮਿਸਫੀਲ ਕਰਦੀ ਸਾਹਮਣੇ ਤਾਂ ਜਿੱਦਾਂ ਹੀ ਦੇਖ ਰਹੇ ਹੋ ਤੁਸੀਂ ਕਿ ਬਾਉਂਡਰੀ ਹੁੰਦੀ ਆ ਤਾਂ ਭੰਗੜੇ ਪੈਂਦੇ ਨੇ ਕਿੰਨਾ ਕੁ ਜੋਸ਼ ਆਉਂਦਾ ਸਰ ਇਹ ਦੇਖ ਕੇ ਤਾਂ ਬਹੁਤ ਜੋਸ਼ ਆਉਂਦਾ ਮੇਨ ਤਾਂ ਮੈਚ ਇੰਡੀਆ ਪਾਕਿਸਤਾਨ ਦਾ ਮੈਚ ਜਦੋਂ ਵੀ ਹੁੰਦਾ ਉਸ ਟਾਈਮ ਜੋਸ਼ ਤਾਂ ਪੂਰਾ ਹੁੰਦਾ ਹੈ ਵੇਖ ਕੇ ਹੀ ਅੱਜ ਕਿੰਨਾ ਕੁ ਇੰਜੋਏ ਕਰ ਰਹੇ ਸਰ ਬਹੁਤ ਇੰਜੋਏ ਸਪੈਸ਼ਲੀ ਮੈਚ ਦੇਖਣ ਤਾਂ ਬਾਹਰ ਆਏ ਨੇ ਅੱਜ ਵਰਨਾ ਰੂਮ ਵਿੱਚ ਮੈਚ ਵੇਖ ਸਕਦਾ ਪਰ ਰੂਮ ਵਿੱਚ ਵੀ ਨਾ ਮਜ਼ਾ ਨਹੀਂ ਆਉਣਾ ਸੀ ਸਵਾਦ ਨਹੀਂ ਆਉਣਾ ਫੇਵਰਟ ਪਲੇਅਰ ਕਿਹੜਾ ਤੁਹਾਡਾ ਸਰ ਵਿਰਾਟ ਕੋਹਲੀ ਸਰ ਵਿਰਾਟ ਕੋਹਲੀ ਵਧੀਆ ਖੇਲ ਰਹੇ ਨੇ ਲੱਗਦਾ ਕਿ ਹਾਫ ਸੈਂਚਰੀ ਮਾਰਨ ਸਰ ਪੂਰੀ ਸਰ ਸੈਂਚਰੀ ਮੈਨੂੰ ਤਾਂ ਲੱਗ ਰਿਹਾ ਸੈਂਚਰੀ ਮਾਰ ਸਕਦੇ ਨੇ ਸਰ ਉਹ ਤਾਂ ਪੂਰਾ ਜੋਸ਼ ਹੈ ਤੁਹਾਨੂੰ ਲੱਗਦਾ ਜੀ ਇੰਡੀਆ ਕਿੰਨੇ ਕੁ ਸਕੋਰ ਨਾਲ ਜਿੱਤੇਗਾ ਮੈਂ ਕਿਹਾ ਅੱਜ ਬੱਲੇ ਬੱਲੇ ਕਰਾ ਦੇਣੀ ਇੰਡੀਆ ਨੇ ਅੱਜ 190 ਪਲੱਸ ਜਾਊਗਾ ਸਕੋਰ ਜਿੱਦਾਂ ਪਿਛਲੀ ਵਾਰੀ ਮੈਚ ਜਿੱਤੇ ਆ ਇਸ ਵਾਰੀ ਵੀ ਪੂਰਾ ਨਜ਼ਾਰਾ ਸਵਾਦ ਹੈ ਪੂਰਾ ਮੈਂ ਕਿਹਾ ਪੂਰਾ ਫੁੱਲ ਮਜ਼ਾ ਅੱਜ ਪਾਕਿਸਤਾਨ ਦਾ ਤੁਸੀਂ ਦੇਖੋ ਪਾਕਿਸਤਾਨ ਦੀ ਟੀਮ ਆ ਮੂਰੇ ਉਹਨੂੰ ਵੀ ਆਪਾਂ ਘੱਟ ਨਹੀਂ ਗਿਣ ਸਕਦੇ ਜਦੋਂ ਵੀ ਮੈਚ ਹੁੰਦਾ ਤਾਂ ਜਿਹੜਾ ਬਹੁਤ ਜ਼ਿਆਦਾ ਨਹੀਂ ਇੱਕ ਵਾਰੀ ਗਲਤੀ ਨਾਲ ਪਤਾ ਨਹੀਂ ਕਿਵੇਂ ਜਿੱਤ ਗਈ ਪਾਕਿਸਤਾਨ ਅਸੀਂ ਅੱਜ ਤੱਕ ਕਦੀ ਜਿੱਤਣ ਨਹੀਂ ਦਿੱਤਾ ਹਾਲੇ ਤੱਕ ਦੇਖ ਰਹੇ ਹਾਂ ਕਿ ਜਿਹੜਾ ਸਕੋਰ ਆ ਉਹ ਇੰਡੀਆ ਦੇ ਪੱਖ ਤੇ ਵਧੀਆ ਬੈਟਿੰਗ ਚੱਲ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਐਂਡ ਤੱਕ ਵੀ ਇਦਾਂ ਹੀ ਜਾਊਗਾ ਪੂਰਾ ਮਜ਼ਾ ਆਊਗਾ ਆਪਾਂ ਪੂਰਾ ਇੰਜੋਏ ਕਰਨ ਆਏ ਅੱਜ ਇਹਦੇ ਵਿੱਚ ਢੋਲੀ ਵੀ ਤਿਆਰ ਆ ਤੇ ਭੰਗੜੇ ਭੰਗੜੇ ਪੈਣਗੇ ਫਿਰ ਜਿੱਤ ਪੂਰੇ ਮੈਂ ਕਿਹਾ ਪੂਰਾ ਪੰਜਾਬ ਦਿਖੂਗਾ ਤੁਹਾਨੂੰ ਅੱਜ ਇੱਥੇ ਹਰ ਕੋਈ ਇੱਥੇ ਇੰਜੋਏ ਕਰ ਰਿਹਾ ਇਧਰ ਸਪੈਸ਼ਲੀ ਢੋਲੀ ਵੀ ਬੁਲਾਇਆ ਹੋਇਆ ਚੰਡੀਗੜ੍ਹ ਦੇ ਲੋਕ ਨੇ ਇੰਜੋਏ ਕਰ ਰਹੇ ਨੇ ਜਿੱਦਾਂ ਹੀ ਕੋਈ ਬਾਉਂਡਰੀ ਆ ਫਿਰ ਸਕੋਰ ਬਣਦੇ ਨੇ ਤਾਂ ਨਾਲ ਹੀ ਇਹ ਲੋਕ ਇੰਜੋਏ ਕਰਦੇ ਨੇ ਔਰ ਇਹਨਾਂ ਦੇ ਮਿਸਫੀਲਡ ਵੀ ਥੋੜੀ ਜਿਹੀ ਦੇਖਣ ਨੂੰ ਮਿਲ ਰਹੀ ਹੈ ਪਾਕਿਸਤਾਨ ਦੇ ਵੱਲੋਂ ਤਾਂ ਕਹਿ ਸਕਦੇ ਕਿ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੋਨਾਂ ਟੀਮਾਂ ਦੇ ਉੱਪਰ ਖਾਸ ਕਰਕੇ ਪਾਕਿਸਤਾਨ ਦੇ ਉੱਪਰ ਕਿਉਂਕਿ ਪਿਛਲਾ ਮੁਕਾਬਲਾ ਜਿਹੜਾ ਸੀ ਉਹ ਪਾਕਿਸਤਾਨ ਹਾਰ ਗਿਆ ਸੀ ਤਾਂ ਲੱਗ ਰਿਹਾ ਕਿ ਇਸ ਵਾਰ ਜਿਹੜਾ ਪਲੜਾ ਇੰਡੀਆ ਦਾ ਭਾਰ ਔਰ ਪ੍ਰੈਸ਼ਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਉੱਪਰ ਜ਼ਿਆਦਾ ਹੈ ਬਿਲਕੁਲ ਬਿਲਕੁਲ ਇੱਕ ਮੈਚ ਜਿੱਤਣ ਨਾਲ ਕਾਫੀ ਫਰਕ ਪੈ ਰਿਹਾ ਹੈ ਇੰਡੀਆ ਪਿਛਲਾ ਮੈਚ ਜਿੱਤਿਆ ਪਾਕਿਸਤਾਨ ਕਾਫੀ ਪ੍ਰੈਸ਼ਰ 'ਚ ਹੋਊਗਾ ਇਸ ਮੈਚ 2018 ਦੀ ਗੱਲ ਕਰੀਏ ਏਸ਼ੀਆ ਕੱਪ ਹੋਇਆ ਸੀ ਉਦੋਂ ਵੀ ਬੈਕ ਟੂ ਬੈਕ ਇੰਡੀਆ ਨਾਲ ਦੋ ਮੈਚ ਸੀ ਪਾਕਿਸਤਾਨ ਦੇ ਔਰ ਉਦੋਂ ਇੰਡੀਆ ਨੇ ਦੋਨੇ ਹੀ ਮੈਚ ਜਿੱਤੇ ਸੀ ਤਾਂ ਲੱਗਦਾ ਕਿ ਹਿਸਟਰੀ ਦੁਹਰਾਏਗੀ ਇੰਡੀਆ ਬਿਲਕੁਲ 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 ਦੁਹਰਾਏਗੀ ਇੰਡੀਆ ਦੀ ਟੀਮ ਵੀ ਕਾਫੀ ਸਟਰੋਂਗ ਹੈ ਇਸ ਵਾਰ ਪੱਕਾ ਇੰਡੀਆ ਹੀ ਜਿੱਤੂਗੀ ਅੱਜ ਰਵਿੰਦਰ ਜਡੇਜਾ ਨਹੀਂ ਹੈਗੇ ਉਹ ਬਾਹਰ ਨੇ ਲੱਗਦਾ ਕਿ ਉਹਨਾਂ ਦੀ ਕਮੀ ਖਲੂਗੀ ਥੋੜੀ ਬਹੁਤ ਤਾਂ ਕਮੀ ਖਲੂਗੀ ਪਰ ਇੰਡੀਆ ਟੀਮ ਫਿਰ ਵੀ ਜਿੱਤ ਜਾਊਗੀ ਤਾਂ ਜਿਸ ਤਰੀਕੇ ਦੇ ਨਾਲ ਸਕੋਰ ਬੋਰਡ ਚੱਲ ਨਜ਼ਰ ਕਰੀ ਹੋਏ ਨੇ ਲੱਗਦਾ ਕਿ ਪ੍ਰੈਸ਼ਰ ਬਹੁਤ ਹੈ ਇਸ ਮੈਚ ਦਾ ਸਰ ਬਹੁਤ ਜ਼ਿਆਦਾ ਪਾਕਿਸਤਾਨ ਦੇ ਉੱਪਰ ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਹੋਊਗਾ ਨਾ ਕਿਉਂਕਿ ਪਿਛਲਾ ਮੈਚ ਵੀ ਪਾਕਿਸਤਾਨ ਹਾਰ ਗਈ ਇਸ ਮੈਚ ਵਿੱਚ ਵੀ ਰੋਹਿਤ ਸ਼ਰਮਾ ਚਲੋ ਆਊਟ ਹੋ ਗਏ ਨੇ ਪਰ ਹੁਣ ਵਿਰਾਟ ਕੋਹਲੀ ਤਾਂ ਆਉਂਦਾ ਹੁਣ ਵਿਰਾਟ ਕੋਹਲੀ ਜੀ ਤਾਂ ਕਹਿੰਦਾ ਪ੍ਰੈਸ਼ਰ ਤਾਂ ਪਾਕਿਸਤਾਨ 'ਚ ਬਹੁਤ ਹੋਊਗਾ ਸਰ ਲੱਗ ਰਿਹਾ ਜਿਹੜਾ ਪਿਛਲਾ ਮੈਚ ਹਾਰੀ ਸੀ ਪਾਕਿਸਤਾਨ ਦੇ ਮੇਨ ਬੋਲਰ ਨੇ ਸ਼ਾਹੀਨ ਅਫਰੀਦੀ ਦੀ ਗੱਲ ਕਰੀਏ ਹੋਰ ਦੋ ਪਲੇਅਰ ਦੀ ਗੱਲ ਕਰੀਏ ਉਹ ਬਾਹਰ ਨੇ ਉਸ ਦਾ ਵੀ ਅਸਰ ਉਸ ਦੀ ਵੀ ਜਿਹੜੀ ਕਮੀ ਆ ਉਹ ਪਾਕਿਸਤਾਨ ਨੂੰ ਖਲ ਰਹੀ ਹੈ ਸਰ ਕਭੀ ਕਭੀ ਹਾਰ ਜਾਤੀ ਹੈ ਟੀਮ ਬਟ ਆਪ ਦੇਖ ਹੀ ਰਹੇ ਹੈ
पिछला मैच भी हम जीते, तो वर्ल्ड कप में चलो कभी कभी हार जीत लगी रहती है, और मैं कुछ अपशब्द नहीं बोलना चाहता। तो की लगता कितना का स्कोर इंडिया बनाएगा जब पहला बैटिंग करते हो? देखो हले 9 ओवर्स 90 हो रहे थे, आई थिंक 200 वी शुड क्रॉस, 200 टप जाना चाहिए। 200 दे नियर बाय कह रहे हैं, जिस तरीके बैटिंग चल रही है तो जोश है, नौजवान देखना है फिर कह रहे भी घरे हो मजा नहीं आ देखने का, जरा फ्रेंड्स ना बैठ के मैं क्या आप यूनिवर्सिटी तो अज पता नहीं कितनी देर दे घूम रहे हैं मैच देखने वास्ते, सानू कितने थान नहीं लभ रही थी अच्छी सवेर की, हुण फिर फाइनली आप डिसाइड की जगह वधिया जगह है, इतने पूरा नजारा आ रहा, मैं क्या पूरा आप कट्ठे हो गए इंजॉय कर रहे हैं, बस यही मूवमेंट है साडा, अज इंडिया जीत जूगी जी पक्का, तो इंडिया जितूगी। फैंस नू जिहड़ा हुण दे इंडिया दे आए हुए ने, तो शॉट लगे जिस तरीके विकेट इंडिया की गिरी है, तो जिमें जिस तरीके नो डाउट स्कोर भी आ रहे हैं पर विकेट्स भी जा रही हैं, पर फिर भी जिस हिसाब से इनका प्रोजेक्टेड स्कोर बता रहे हैं 188 बता रहे हैं, तो उससे थोड़ा ऊपर ही रहता है, बड़े लेस चांसेस होते हैं कि उससे नीचे जाए, पर 200 नॉर्मली है, 195 भी हो गया तो बहुत ज्यादा हो जाएगा, पाकिस्तान अंडर प्रेशर रहेगी रहेगी क्योंकि बाबर आजम की फॉर्म भी अच्छी चल नहीं रही है, तो हो सकता है प्रेशर में तो आ ही जाएंगे लोग। नहीं मतलब जिस तरीके लगता कि जिमें अज आने सारे रोहित शर्मा ने भी स्टार्टिंग में छक्के ना शुरुआत की है, पहले ओवर 2 छक्के मारे ने, तो लगता कि जो इंडिया का विजन वो क्लीयर है कि बिल्कुल फ्री माइंड होकर गेम खेलनी है। बिल्कुल जी बिल्कुल, मैंने लगता है ड्रेसिंग रूम तो यही गल हुई होनी है, अंदरों ही कहा होना कि फ्री माइंडेड खेलो पूरा, नाले इंडिया को बाकी बंदे भी है, हार्दिक पांड्या है, ऋषभ पंत है, सारे खेल सकते, सारे वधिया खेलणगे, तो इंडिया को बैकिंग भी स्ट्रोंग है बड़ी, तो कोई चक्कर नहीं, सारे फ्रीली खेलन अज तो अज वधिया है, अज जितूगी टीम पक्का, हारा जितूगी जितू इंडिया, हाँ जी हाँ जी बिल्कुल जितूगी, नाले रन भी वधिया मार रहे हैं, प्रॉपर छक्के चौके खेल मार रहे हैं, पूरा स्वाद दे रहे हैं पूरा, नाले बहुत वधिया पूरा स्वाद नाल आपां देख रहे हैं मैच पूरा, सारे कॉलेज आए हैं, सारा ने अज प्रोग्राम बनाया ही, अज मैच देखा इकट्ठे बह के, नजारे भी फुल है, छक्के चौके मारते हैं, T20 बैट्समैन गया सी विराट कोहली तुहाडा फेवरेट बैट्समैन देखना आए हो, इंडियन बॉलर केड़ा तुहानू वधिया लगदा? मेनू तो भुवनेश्वर कुमार की बॉलिंग बड़ी वधिया लगी पिछले मैच, लगता अज भी कमाल करनगे, बहुत जी बिल्कुल जी बिल्कुल, नाले हार्दिक पांड्या दे भी इंजरी दे बाद बहुत बैटर बहुत इंप्रूवमेंट हुई है, नाले दी पेस भी बहुत वधिया हुई है, तो मैं बस देखूंगा उनकी दौर, जिस तरीके हार्दिक पांड्या ने लास्ट ओवर छक्का मारने जताया सीगा, लगता कि आज भी ऑलराउंडर तौर दे उपर कमाल करनगे? बिल्कुल बिल्कुल, आदि लाइफ दी हले तक बेस्ट फॉर्म च, जिन्ना कि उन्होंने IPL च परफॉर्म किया, मैनू पूरा यकीन है इस मैच भी उवें परफॉर्म करनगे। सूर्य कुमार यादव देखा सी आपां हांगकांग खिलाफ ताबड़तोड़ बैटिंग की सी, 1 ओवर 4 छक्के भी लगाए सीगे, अज भी फर्स्ट बॉल उन्होंने चौका मारा सी बट थोड़ी देर बाद आउट हो गए सी, लंबा नहीं खेल पाए, कोई गल अगले मैच विच जरूर वधिया परफॉर्म करेंगे, हुण तां ऐ लग रहा विराट कोहली भी वापस फॉर्म च आ चुके हैं, पिछले मैच अच्छा तक मारिया है, लगता है वह भी अज वधिया दोबारा स्कोर करेंगे, तो पूरी उम्मीद है इंजॉय कर रहे हो पूरा? पूरा 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 इंजॉय कर रहे, ਜਿਹੜਾ ਤੁਸੀਂ ਪ੍ਰੈਡਿਕਟ ਸਕੋਰ ਮੰਗ ਰਹੇ ਹੋ ਮੰਨ ਰਹੇ ਹੋ ਇੰਡੀਆ ਦਾ ਕਿੰਨਾ ਕੁ ਤੁਹਾਡੇ ਹਿਸਾਬ ਨਾਲ ਜਿਸ ਤਰੀਕੇ ਨਾਲ ਸਟਾਰਟ ਹੋਈ? ਮੈਂ ਤਾਂ ਸੋਚ ਰਿਹਾ 190 ਪਲੱਸ ਜਾਏਗਾ ਹੀ ਜਾਏਗਾ ਪੱਕਾ, ਨਾਲੇ 200 ਵੀ ਹੋ ਸਕਦਾ, ਤੇ ਨਾਲੇ ਰਿਸ਼ਭ ਪੰਤ ਵੀ ਬਹੁਤ ਵਧੀਆ ਬੈਟਸਮੈਨ ਆ, ਜੇ ਇਹ ਟਿਕ ਗਿਆ ਤੇ ਕੋਹਲੀ ਟਿਕ ਗਏ ਤੇ 200 ਪਲੱਸ ਪੱਕੀ ਆ, ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਆ, ਨਾਲੇ ਹਾਰਦਿਕ ਪਾਂਡਿਆ ਹੈ ਪਿੱਛੇ, ਦੀਪਕ ਹੁੱਡਾ ਹੈ ਅੱਜ ਸ਼ਾਇਦ, ਤਾਂ ਬੜੇ ਵਧੀਆ ਆਰਾਮ ਨਾਲ ਖੇਲਣਗੇ 200 ਮਾਰਨਗੇ, ਤੇ ਨਾਲੇ ਜਿੱਦਾਂ ਐਗਰੈਸਿਵਲੀ ਖੇਲ ਰਹੇ ਆ ਮੈਨੂੰ ਤਾਂ ਲੱਗ ਰਿਹਾ 200 ਰਨ ਪੱਕੇ ਆ ਅੱਜ, ਪਰ ਦੂਸਰੇ ਪਾਸੇ ਪਾਕਿਸਤਾਨ ਟੀਮ ਆ ਉਹਨੂੰ ਵੀ ਆਪਾਂ ਘੱਟ ਨਹੀਂ ਗਿਣ ਸਕਦੇ, ਨਾ ਨਾ ਬਾਕੀ ਬੋਲਿੰਗ ਵੀ ਵਧੀਆ ਸਾਡੀ, ਐ ਤਾਂ ਹੈ ਨਹੀਂ ਬਸ ਬੈਟਿੰਗ ਹੈ ਤੇ ਬੋਲਿੰਗ ਕੁਛ ਨਹੀਂ ਹੈ, ਪਿਛਲੇ ਮੈਚ ਘੱਟ ਟਾਰਗੇਟ ਸੀਗਾ, ਵਧੀਆ ਖੇਡਿਆ ਇੰਡੀਆ ਨੇ ਪਿਛਲਾ ਮੈਚ ਵੀ ਤਾਂ ਅੱਜ ਵੀ ਵਧੀਆ ਖੇਲੋ, ਤਾਂ ਪੂਰੀਆਂ ਉਮੀਦਾਂ ਨੇ ਪਿੱਛੇ ਤੋਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਹੁਣ ਘਰਾਂ ਤੋਂ ਨਿਕਲੇ ਸਪੈਸ਼ਲੀ ਮੈਚ ਦੇਖਣ ਆਏ ਨੇ, ਔਰ ਹਰ ਕੋਈ ਕਹਿ ਰਿਹਾ ਕਿ ਉਹ ਇੱਥੇ ਇੰਜੋਏ ਕਰ ਰਹੇ ਨੇ ਔਰ ਯਾਰਾਂ ਦੋਸਤਾਂ ਦੇ ਨਾਲ ਇੱਥੇ ਆਏ ਹੋਏ ਨੇ, ਔਰ ਪੂਰੀ ਉਮੀਦ ਆ ਉਹਨਾਂ ਨੂੰ ਕਿ ਜਿਹੜਾ ਇੰਡੀਆ ਅੱਜ ਦਾ ਮੈਚ ਵੀ ਜਿੱਤੇਗੀ ਔਰ ਜਿਹੜਾ ਹੈ ਸੁਪਰ 4 ਦਾ ਮੁਕਾਬਲਾ ਉਹ ਜਿੱਤ ਕੇ ਅੱਗੇ ਜਾਏਗੀ ਔਰ ਇੱਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਹਰਾਏਗੀ, ਤਾਂ ਇਸ ਵੇਲੇ ਹਰ ਕੋਈ ਇੱਥੇ ਇੰਜੋਏ ਕਰ ਰਿਹਾ, ਦੇਖ ਸਕਦੇ ਹੋ ਜਿਹੜੇ ਫੈਨਸ ਨੇ ਇੰਡੀਅਨ ਫਲੈਗਸ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਔਰ ਮੈਚ ਲਗਾਤਾਰ ਚੱਲ ਰਿਹਾ, ਔਰ ਜਿਸ ਤਰੀਕੇ ਦੇ ਨਾਲ ਇੰਡੀਆ ਨੇ ਟੌਸ ਹਾਰਨ ਤੋਂ ਬਾਅਦ ਵੀ ਪਾਕਿਸਤਾਨ ਨੇ ਬੋਲਿੰਗ ਲਈ ਸੀ ਪਰ ਇੰਡੀਆ ਨੇ ਜਿਸ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਆ, ਜਿਹਨੇ ਸਪੀਡ ਦੇ ਨਾਲ ਸਕੋਰ ਬਣਾਏ ਨੇ, ਤਾਂ ਇੱਕ ਵਿਜ਼ਨ ਕਲੀਅਰ ਹੈ ਇੰਡੀਆ ਦਾ ਕਿ ਪ੍ਰੈਸ਼ਰ ਫਰੀ ਹੋ ਕੇ ਅੱਜ ਗੇਮ ਖੇਲੀ ਜਾ ਰਹੀ ਆ, ਹਾਲਾਂਕਿ KL ਰਾਹੁਲ ਦੀ ਗੱਲ ਕਰੀਏ, ਰੋਹਿਤ ਸ਼ਰਮਾ ਦੀ ਗੱਲ ਕਰੀਏ ਜਾਂ ਸੂਰਿਆ ਕੁਮਾਰ ਯਾਦਵ ਦੀ ਗੱਲ ਕਰੀਏ, ਬੈਕ ਟੂ ਬੈਕ ਵਿਕਟਸ ਗਿਰੀਆਂ ਸੀਗੀਆਂ ਪਰ ਬਾਵਜੂਦ ਇਸ ਦੇ ਇੰਡੀਆ ਦਾ ਸਕੋਰ ਬੋਰਡ ਕੰਟੀਨਿਊਸਲੀ ਚੱਲ ਰਿਹਾ, ਔਰ ਜਿਸ ਤਰੀਕੇ ਦੇ ਨਾਲ ਦੇਖ ਸਕਦੇ ਜਿਹੜਾ
प्रडिक्टेड स्कोर भी आ रहा और नियर बाय 200 आ तां जहे दे विच कह सकते हैं कि पिछले मैच के मुकाबले अज के मैच के जो स्कोर है वह काफ़ी वड्डा रहेगा और कितना कितने प्लस पॉइंट इंडिया के लिए यही नज़र आ रहा। फिलहाल इन्हें ही इजाजत दियो पर लगातार अपडेट तुम दें ए बी पी साझा के उपर तुम बने रहो साढ़े। ऑडियो देखी रघु आ रही है ठीक है ऑडियो मेरे कट्ठे हो जाओ कट्ठे कट्ठे हो जाओ कट्ठे बैक साइड ऐसे कर दो बस बस बस। हेलो 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 दे 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 ब्रदर दे देखो इधर देखो कितने ते कितने आउट हो गए 131 ते 5 बस ठीक है एक सौ इकती हो गए ना कितने ओवर 15 ओवर हो गए 14.4 14 बस ठीक है किन्ने मिनट लाइव रखना रघु 5-6 मिनट लाइव लाके फिर नीचे दवांगे ठीक है तू कह माड़ा पीसीआर कर ला तो ब्रेक तो बाद स्वागत है। गल चल रही थी सुपर फोर दे दुबई दे खेले जा रहे महामुकाबले जी हाँ इंडिया पाकिस्तान का मैच आ। इंडिया ने शुरुआत वधिया की थी लगातार रन रेट अपनी उन्हें इंडिया ने उपर रखी हुई है नीयर बाय 8-9 जी रन रेट चल रही है। साढ़े कुछ इंडिया के फैन भी चंडीगढ़ के खड़े हाँ भाजी आप अंदर भी गलबात की जिस तरीके का स्कोर बने की लगता कि स्कोर बनेगा सर हले मैनू तो उम्मीद है घट्टो घट 180 बने 200 की उम्मीद सी बट 5 विकटा चली गई हूँ मुश्किल लग रहा है पर इंडिया अच्छा खेल रहा है देखो उन्हें भी चौका वजिया क्रीज दो प्रेस वेले देख रहे कौन कौन खड़ा है इस वेले कोहली खड़ा है ते हुड्डा खड़ा है कोहली आप देखा कि एशिया कप तो पहला काफी लंबा समा बैड फॉर्म चल रहे थे पर एशिया कप जदी आए ने फॉर्म वापस आ गई अज वधिया खेल रहे ने लगता हाफ सेंचुरी तो लगाउण घट्टो घट हाँ जी 40 रन तो बन ही गए हैं 10 रह गए हैं ते आई जस्ट होप कि कोहली प्लेज वैल क्योंकि वर्ल्ड कप आ रहा है ते सानू लोड़ है कोहली दे फॉर्म दी
ਅੱਜ ਦੇ ਮੈਚ ਨੂੰ ਜੀ ਆਪਾਂ ਪਹਿਲੇ ਸਟਾਰਟਿੰਗ ਤੇ ਬੜੇ ਉਤਸ਼ਾਹ ਨਾਲ ਕੀਤੀ ਸੀਗੀ, ਜਿੱਦਾਂ ਚੌਕੇ ਲੱਗ ਰਹੇ ਸੀਗੇ, ਛੱਕੇ ਲੱਗ ਰਹੇ ਸੀਗੇ, ਬਹੁਤ ਮਜ਼ਾ ਆ ਰਿਹਾ ਸੀ ਦੇਖਣ ਦਾ। ਵਿੱਚ ਆ ਕੇ ਥੋੜਾ ਜਿਹਾ ਡਾਊਨ ਹੋ ਗਏ, ਥੋੜਾ ਜਿਹਾ ਸਲੋ ਹੋ ਗਏ, ਤੇ ਕੋਈ ਨੀ, ਫਿਰ ਆਪਾਂ ਦੇਖ ਜਿਸ ਹਿਸਾਬ ਨਾਲ ਲੱਗ ਰਿਹਾ ਕਿ ਟੱਕਰ ਦੇ ਰਹੀ ਆ ਪਾਕਿਸਤਾਨ ਵੀ ਜਿੱਦਾਂ ਪਹਿਲੀ ਵਾਰ ਵਰਗੋ, ਤੇ ਸਾਨੂੰ ਪੂਰੀ ਉਮੀਦ ਹੈ ਕਿ ਮੈਚ ਦੇਖਣ ਦਾ ਪੂਰਾ ਮਜ਼ਾ ਆਊਗਾ, ਲਾਸਟ ਤੱਕ ਥੋੜਾ ਮੁਕਾਬਲਾ ਟੱਕਰ ਦਾ ਦੇਖਣ ਨੂੰ ਮਿਲ ਸਕਦਾ। ਹਮੇਸ਼ਾ ਕਹਿੰਦੇ ਨੇ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਤਾਂ ਪ੍ਰੈਸ਼ਰ ਬਹੁਤ ਹੁੰਦਾ, ਜੀ ਜੀ, ਪਰ ਲੱਗ ਰਿਹਾ ਜਿਸ ਤਰੀਕੇ ਨਾਲ ਇੰਡੀਆ ਨੇ ਅੱਜ ਖੁੱਲ ਕੇ ਖੇਲਿਆ ਤਾਂ ਉਹ ਪ੍ਰੈਸ਼ਰ ਸ਼ਾਇਦ ਨਜ਼ਰ ਨਹੀਂ ਆਇਆ। ਪ੍ਰੈਸ਼ਰ ਦੇਖੋ ਜੀ, ਪਹਿਲੇ ਜੀ ਘੱਟ ਸੀਗਾ ਇੰਡੀਆ ਟੀਮ ਤੇ, ਬਟ ਹੁਣ ਮੈਨੂੰ ਕੁਛ ਬਣਦਾ ਲੱਗ ਰਿਹਾ ਜਿੱਦਾਂ ਦੀ ਹੁਣ ਖੇਲ ਰਿਹਾ, ਬਟ ਕੋਈ ਨੀ, ਪ੍ਰੈਸ਼ਰ ਬੋਲਿੰਗ ਵੀ ਵਧੀਆ ਇੰਡੀਆ ਦੀ, ਜ਼ਰੂਰੀ ਨਹੀਂ ਬੈਟਿੰਗ ਦੇ, ਅੱਛਾ ਬੈਟਿੰਗ ਦੇ ਤੌਰ ਤੇ ਦੇਖ ਰਹੇ ਹਾਂ, ਬਟ ਇੰਡੀਆ ਦੀ ਬੋਲਿੰਗ ਵੀ ਕਾਫੀ ਸਟਰੋਂਗ ਹੈ, ਸਾਡੇ ਕੋਲ ਕਾਫੀ ਬੋਲਰਸ ਨੇ ਇੰਨੇ ਵਧੀਆ ਇੰਡੀਆ 'ਚ, ਤੇ ਟੱਕਰ ਦੇਖਣੇ ਨੂੰ ਮਿਲੂਗੀ ਜੀ ਥੋੜ੍ਹੀ ਜਿਹੀ, ਬਟ ਇੰਡੀਆ, ਆਈ ਸਪੋਰਟ ਇੰਡੀਆ, ਇੰਡੀਆ ਜਿੱਤੂਗੀ ਅੱਜ ਪੱਕਾ। ਤੁਸੀਂ ਸਪੋਰਟ ਕਰ ਰਹੇ ਹੋ, ਫਲੈਗ ਲੈ ਕੇ ਆਏ ਹੋ, ਹਾਂਜੀ, ਕਿਹੜਾ ਤੁਹਾਡਾ ਲੱਗਦਾ ਕਿ ਪਲੇਅਰ ਅੱਜ ਵਧੀਆ ਖੇਲੇਗਾ ਸਭ ਤੋਂ ਵੱਧ ਖੇਲ ਰਿਹਾ? ਅੱਜ ਵਿਰਾਟ ਕੋਹਲੀ ਸਭ ਤੋਂ ਵਧੀਆ ਖੇਡੂਗਾ ਮੇਰੇ ਹਿਸਾਬ ਨਾਲ, 40 ਰਨ ਹੋ ਚੁੱਕੇ ਨੇ ਤੇ 70-80 ਸਕੋਰ ਕਰੂਗਾ ਵਿਰਾਟ। ਓਪਨਿੰਗ ਕਰਨਗੇ ਬੋਲਿੰਗ ਦੇ ਵਿੱਚ ਭੁਵਨੇਸ਼ਵਰ ਕੁਮਾਰ ਕਰਨਗੇ, ਹੋਰ ਪਰਾਜ ਰਵਿੰਦਰ ਜਡੇਜਾ ਨਹੀਂ ਹੈਗੀ, ਤਾਂ ਬੋਲਿੰਗ ਤੁਹਾਨੂੰ ਕਿੰਨੀ ਕੁ ਉਮੀਦ ਹੈ ਇੰਡੀਆ ਤੋਂ? ਬੋਲਿੰਗ ਵੀ ਕਾਫੀ ਵਧੀਆ, ਭੁਵਨੇਸ਼ਵਰ ਕੁਮਾਰ ਨੇ ਪਿਛਲੇ ਮੈਚ ਵੀ ਕਾਫੀ ਵਧੀਆ ਬੋਲਿੰਗ ਕੀਤੀ, ਤੇ ਮੈਨੂੰ ਪੂਰੀ ਉਮੀਦ ਹੈ ਇਸ ਮੈਚ ਵੀ ਭੁਵਨੇਸ਼ਵਰ ਵਧੀਆ ਬੋਲਿੰਗ ਕਰਨ। ਉਮੀਦ ਪੂਰੀ ਹੈ ਇੰਡੀਆ ਜਿੱਤੇਗਾ ਅੱਜ ਹਰ ਹਾਲ ਦੇ ਵਿੱਚ? ਸਰ ਪੂਰੀ ਉਮੀਦ ਹੈ ਸਰ ਕਿ ਇੰਡੀਆ ਜਿੱਤੇਗਾ ਹੀ, ਕਿਉਂਕਿ ਅਭੀ ਵੀ ਵਿਰਾਟ ਕੋਹਲੀ ਹੈ ਔਰ ਵਿਰਾਟ ਕੋਹਲੀ ਜਬ ਤੱਕ ਹੈ ਤਬ ਤੱਕ ਉਮੀਦ ਪੂਰੀ ਕਾਇਮ ਰਹਤੀ ਹੈ, ਔਰ ਬੋਲਿੰਗ ਵੀ ਇੰਡੀਆ ਕੀ ਬਹੁਤ ਅੱਛੀ ਹੈ ਤਾਂ ਬੋਲਿੰਗ ਵੀ। ਲਾਸਟ 5 ਓਵਰ ਰਹਿ ਗਏ ਨੇ, ਸਕੋਰ ਵਧੀਆ ਚੱਲ ਰਿਹਾ, ਲੱਗਦਾ ਕਿ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ 2020 ਮੈਚ ਹੈ ਤਾਂ ਇੰਡੀਆ ਹੁਣ ਹੋਰ ਤੇਜ਼ ਖੇਲੇਗਾ? ਸਰ ਤੇਜ਼ ਖੇਲਣ ਦੀ ਬਾਤ ਨਹੀਂ, ਮੇਨ ਬਾਤ ਟਿੱਕੇ ਖੇਲੇ ਤੋਂ ਜ਼ਿਆਦਾ ਬੜੀਆ ਹੈ, ਤੇਜ਼ ਖੇਲੇ ਔਰ ਅਭੀ ਤੇਜ਼ ਖੇਲ ਰਹੇ ਥੇ ਵੈਸੇ ਤੋ, ਪਰ ਅਭੀ ਟਿੱਕੇ ਖੇਲੋ ਜ਼ਿਆਦਾ ਬੜੀਆ ਹੈ, ਕਿਉਂਕਿ ਸਕੋਰ ਅਭੀ ਔਰ ਟਾਰਗੇਟ ਪਾਕਿਸਤਾਨ ਕੋ ਵੀ ਠੀਕ ਦੇਣਾ ਪੜੇਗਾ, ਉਸਕੇ ਬਾਅਦ ਠੀਕ ਰਹੇਗਾ। ਲੱਗ ਰਿਹਾ ਕਿ ਜਦੋਂ ਜਦੋਂ ਆਪਾਂ ਦੇਖਿਆ ਕਿ ਬਾਉਂਡਰੀ ਲੱਗਦੀ ਹੈ, ਹੋਰ ਬਾਬਰ ਆਜ਼ਮ ਦੇ ਹਲਕੇ ਥੋੜ੍ਹੀ ਚਿਹਰੇ 'ਤੇ ਸਮਾਈਲ ਆਉਂਦੀ ਆ, ਤਾਂ ਬੈਟਿੰਗ ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ, ਹੋਰ ਵੀ ਬੈਟਿੰਗ ਲਾਈਨਅਪ ਪਾਕਿਸਤਾਨ ਕੋਲ ਵੀ ਲੱਗਦਾ ਕਿ ਟੱਕਰ ਦੇ ਸਕਦਾ, ਬਾਊਂਸ ਬੈਕ ਕਰ ਸਕਦਾ ਪਾਕਿਸਤਾਨ ਵੀ? ਸਰ ਬਾਊਂਸ ਬੈਕ ਕਰ ਦਿੰਦੇ, ਪਰ ਇੰਡੀਆ ਕੀ ਬੋਲਿੰਗ ਪੇ ਤਾਂ ਹਮੇ ਪੂਰਾ ਭਰੋਸਾ ਹੈ, ਕਿਉਂਕਿ ਪਾਕਿਸਤਾਨ ਕੇ ਪਲੇਅਰ, ਇਹ ਨਹੀਂ ਬੋਲਤੇ ਪਾਕਿਸਤਾਨ ਕੇ ਪਲੇਅਰ ਟੱਕਰ ਕੇ ਲਾਇਕ ਨਹੀਂ ਹੈ, ਪਾਕਿਸਤਾਨ ਕੇ ਪਲੇਅਰ ਵੀ ਅੱਛੇ ਹੈ, ਪਰ ਇੰਡੀਆ ਕੀ ਬੋਲਿੰਗ ਪੇ ਪੂਰਾ ਭਰੋਸਾ ਹੈ ਸਰ ਕੀ ਹੋਏਗਾ? सर मैं तो देख रहा हूँ कि मुकाबला बहुत अच्छा होने वाला है, जैसे कि पाकिस्तान की टीम भी कोई छोटी टीम तो है नहीं, बड़ी टीम है पाकिस्तान की, अच्छा मैच होने वाला है और लास्ट में जो होगा काफी अच्छा देखने को मिलेगा मैच, और 180 प्लस स्कोर हुआ तो दोनों साइड से अच्छा ही देखने को मिलेगा मैच, और मैं तो यही होप कर रहा हूँ कि 180 प्लस हो और मैच कुछ अच्छा ही जाए कहीं पर, और इंडिया के फेवर में ही रहे मैच, और रहेगा तो इंडिया के फेवर में, क्योंकि हम तो इंडिया को सपोर्ट करेंगे। तो 180 प्लस और 200 तक जो कह रहे हैं इंडिया के फैंस ने, जो चाहने वाले कह रहे हैं कि स्कोर अच्छ बनेगा और इंडिया हर हाल